ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ نیوز ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਇਆ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰ ਦੀਆਂ ਤਾਜ਼ਾ ਤਰੀਨਾ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਦੇ ਪਹਿਲਾਂ ਇੱਕ ਵਾਰੀ ਨਜ਼ਰ ਮਾਰ ਲੈਣੀਆਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵਿਭਾਗ ਦੀ ਚੇਤਾਵਨੀ 46 ਸਾਲਾ ਮਗਰੋਂ ਦਿੱਲੀ ਤੋਂ ਲੰਡਨ ਲਈ ਸ਼ੁਰੂ ਹੋਣ ਜਾ ਰਹੀ ਹੈ ਬਸ ਸੇਵਾ 15 ਲੱਖ ਦੀ ਟਿਕਟ ਤੇ 18 ਦੇਸ਼ਾਂ ਦੀ ਸ਼ਹਿਰ ਅਤਾਰੀ ਵਿਖੇ ਰੋਡਸ਼ੋ ਦਰਾਨਾ ਭਗਵੰਤ ਮਾਨ ਤੇ ਹਮਲਾ ਮਾਰੀ ਗਈ ਵਗਾ ਕੇ ਮੂੰਹ ਤੇ ਚੀਜ ਖੁਸ਼ਖਬਰੀ ਸੋਨਾ ਹੋਇਆ ਸਸਤਾ ਅੱਜ 7500 ਰੁਪਏ ਡਿੱਗਿਆ ਹੈਟਾਂ ਜਾਣੋ 10 ਗ੍ਰਾਮ ਸੋਨੇ ਦਾ ਰੇਟ ਦਵਿੰਦਰ ਪੁੱਲਰਸਾ ਨੇ 12 ਸਿੱਖ ਕੈਦੀਆਂ ਦੀ ਰਿਹਾਈ ਦਾ ਵੱਡਾ ਦਾ ਖੇਡ ਸਕਦੀ ਹੈ ਭਾਜਪਾ ਗੁਰ ਨਿਊਜ਼ ਇਸ ਦਿਨ ਕਿਸਾਨਾਂ ਦੇ ਖਾਤੇ ਵਿੱਚ ਆਉਣਗੇ 2000 ਰੁਪਏ ਤੁਰੰਤ ਅਪਡੇਟ ਕਰੋ ਇਹ ਜਾਣਕਾਰੀ ਨਵੇਂ ਲੇਬਰ ਕੋਡ ਦੇ ਬਦਲਾਅ ਦੀ ਤਿਆਰੀ 'ਚ ਹੈ ਮੋਦੀ ਸਰਕਾਰ ਕੀ ਹੁਣ ਘਟੇਗੀ ਕਰਮਚਾਰੀਆਂ ਦੀ ਤਨਖਾਹ ਵਾਪਸ ਲਏਗੇ ਤਿੰਨੋਂ ਖੇਤੀ ਕਾਨੂੰਨਾਂ ਬੋੜ ਲਿਆਉਂਦੀ ਕੋਈ ਯੋਜਨਾ ਨਹੀਂ ਹੈ ਤੋਮਰ ਸਿੱਖਿਆ ਪੱਖ ਖੇਤੀ ਲੈ ਸਕਦਾ ਹੈ ਪਹਿਲੀ ਤੋਂ ਪੰਜਵੀਂ ਤੱਕ ਸਕੂਲ ਖੋਲਣ ਦਾ ਫੈਸਲਾ ਬ੍ਰੇਕਿੰਗ ਨਿਊਜ਼ ਮੁੱਖ ਮੰਤਰੀ ਚੰਜੀ ਚੰਨੀ ਦੇ ਭਾਂਜ ਹਾਨੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਕੋਰੋਨਾ ਦੇ ਨਵੇਂ ਮਾਮਲੇ 'ਚ 13.4% ਦੀ ਕਮੀ ਪਿਛਲੇ 24 ਘੰਟਿਆਂ 'ਚ 5877 ਨਵੇਂ ਮਾਮਲੇ ਹੋਰ ਸੱਦੂ ਮੂਸੇ ਵਾਲਾ ਕਰਨਗੇ ਬੇਰਕਾ 'ਚ ਨਵਜੋਤ ਸਿੱਧੂ ਦੇ ਹੱਕ 'ਚ ਚੋਣ ਪ੍ਰਚਾਰ ਸੁਖਬੀਰ ਬਾਲ ਦਾ ਵੱਡਾ ਐਲਾਨ ਸਰਕਾਰ ਆਉਣ ਤੇ ਫਸਲਾਂ ਦਾ ਪ੍ਰਤੀ ਏਕੜ 55000 ਦਾ ਹੋਵੇਗਾ ਬੀਮਾ ਤਾਂ ਦੋਸਤੋ ਇਸ ਲਈ ਆਪਣੀ ਇਸ ਵਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਾਂਗੇ ਜੇ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਕਿਰਪਾ ਕਰਕੇ ਆਪਣੀਆਂ ਖਬਰਾਂ ਨੂੰ ਸ਼ੁਰੂ ਤੋਂ ਲਾਕਿਆਂ ਤੱਕ ਜਰੂਰ ਦੇਖਣਾ ਫੇਰੀ ਜਿਹੜੀ ਤੁਹਾਨੂੰ ਸਾਰੀ ਜਾਣਕਾਰੀ ਸਮਝ ਆਵੇਗੀ ਤੇ ਨਾਲ ਹੀ ਦੋਸਤੋ ਜੇ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਹੇਠਾਂ ਲਾਇਕ ਦੇ ਬਟਨ ਨੂੰ ਦਬਕ ਕੇ ਆਪਣੀ ਵੀਡੀਓ ਨੂੰ ਲਾਇਕ ਜਰੂਰ ਕਰ ਦੇਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ ਗੱਲ ਕਰਦੇ ਆ ਜੀ ਪਹਿਲੀ ਖਬਰ ਦੀ ਕਿ ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵਿਭਾਗ ਦੀ ਚੇਤਾਵਨੀ ਦੋਸਤੋ ਪਿਛਲੇ 2-3 ਦਿਨਾਂ ਤੋਂ ਕੁਝ ਰਾਹਤ ਮਿਲ ਰਹੀ ਹੈ ਜੀ ਪਰ ਮੌਸਮ ਵਿਭਾਗ ਦੇ ਮੁਤਾਬਕ ਦੁਬਾਰਾ ਤੋਂ ਠੰਡ ਵਧ ਸਕਦੀ ਹੈ ਆਈਐਮਡੀ ਨੇ ਜਾਰ ਕਹੀ ਦਿੱਤੀ ਹੈ ਕਿ ਆਉਣ ਵਾਲੇ 2-3 ਦਿਨ ਪੰਜਾਬ ਤੇ ਹਰਿਆਣਾ ਵਿੱਚ ਮੀਂਹ ਹੋ ਸਕਦਾ ਹੈ 11 ਤੋਂ 16 ਤੱਕ ਮੀਂਹ ਪੈਣ ਦਾ ਖਰਚਾ ਜ਼ਾਹਿਰ ਕੀਤਾ ਗਿਆ ਤੇ ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਦਿੱਲੀ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਜਿਸ ਕਾਰਨ ਠੰਡ ਵਾਹ ਸਕਦੀ ਹੈ ਦੱਸਦੀ ਕਿ 2 ਤੋਂ 3 ਦਿਨਾਂ ਤੋਂ ਸਵੇਰ ਵੇਲੇ ਪਈ ਤੋਂ ਬਾਅਦ ਦਿਨ ਵੇਲੇ ਮੌਸਮ ਬੇਸ਼ੱਕ ਸਾਫ਼ ਹੋ ਰਿਹਾ ਹੈ ਪਰ ਠੰਡ ਬਰਕਰਾਰ ਹੈ ਦਿਨ ਵਿੱਚ ਧੁੱਪ ਕਾਰਨ ਦਿਨ ਵੇਲੇ ਠੰਡ ਮਹਿਸੂਸ ਹੁੰਦੀ ਹੈ ਇਸ ਦੌਰਾਨ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਈ ਹੈ ਜੇਕਰ ਸਵੇਰ ਵਿੱਚ ਆਸਤਾਮਾਨ ਦੀ ਗੱਲ ਕਰੀਏ ਤਾਂ ਇਹ ਵਕਤਵੱਦ 20 ਅਤੇ ਘੱਟ ਤੋਂ ਘੱਟ ਤਾਪਮਨ 8 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ ਭਾਰਤੀ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਮੌਸਮ ਫਿਰ ਤੋਂ ਬਦਲ ਸਕਦਾ ਹੈ 46 ਸਾਲਾਂ ਬਾਅਦ ਦਿੱਲੀ ਤੋਂ ਲੰਡਨ ਲਈ ਸ਼ੁਰੂ ਹੋਣ ਜਾ ਰਹੀ ਹੈ ਬੱਸ ਸੇਵਾ 15 ਲੱਖ ਦੀ ਟਿਕਟ ਤੇ 18 ਦੇਸ਼ਾਂ ਦੀ ਸੈਰ ਦੋਸਤੋ অতি ਆਧੁਨਿਕ ਸਹੂਲਤਾਂ ਨਾਲ ਲੈਸ ਲਗਜ਼ਰੀ ਬੱਸ ਵਿੱਚ ਜਲਦੀ ਹੀ ਤੁਸੀਂ ਦਿੱਲੀ ਤੋਂ ਲੰਡਨ ਤੱਕ ਦਾ ਸਫ਼ਰ ਕਰ ਸਕੋਗੇ ਭਾਰਤ-ਮਿਆਂਮਾਰ ਸਰਹਾਦ ਤੇ ਆਵਾਜੇ ਸੁਧਾਰਨ ਹੋਣ ਨਾਲ ਇਸ ਨੂੰ ਚਾਲੂ ਕਰ ਦਿੱਤਾ ਜਾਵੇਗਾ ਉਮੀਦ ਹੈ ਕਿ ਇਸ ਸਾਲ ਸਤੰਬਰ ਵਿੱਚ ਇਹ ਪਹਿਲੀ ਵਾਰ ਆਪਣੀ ਪਹਿਲੀ ਮੰਜ਼ਲ ਲਈ ਰਵਾਨਾ ਹੋ ਜਾਵੇਗੀ ਇਸ ਦੇ ਸੰਭਵ ਹੋਣਾ 46 ਸਾਲਾਂ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਲੋਕਾਂ ਨੂੰ ਦਿੱਲੀ ਤੋਂ ਲੰਡਨ ਲਈ ਬੱਸ ਸੇਵਾ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ ਇਸ ਦੇ ਲਗਭਗ 15 ਲੱਖ ਦੇ ਪੈਕੇਜ ਵਿੱਚ ਸਫ਼ਰ ਦਾ ਟਿਕਟ ਵੀਜ਼ਾ ਦੇ ਵਕਤ ਦੇਸ਼ਾਂ ਵਿੱਚ ਠਹਿਰਣ ਦੀ ਸਹੂਲਤ ਸਣੇ ਸਾਰੀਆਂ ਸੇਵਾਵਾਂ ਸ਼ਾਮਲ ਨੇ ਅਟਾਰੀ ਵਿਖੇ ਰੋੜਚੋਦ ਰਣ ਭਗਵੰਤ ਮਾਨ ਤੇ ਹਮਲਾ ਮਾਰੀ ਗਈ ਵਗਾਕੇ ਮੂੰਹ ਤੇ ਚੀਜਾ ਦੋਸਤੋ ਅਟਾਰੀ ਪੰਜਾਬ ਚ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ ਵਿਧਾਨ ਸਭਾ ਚੋਣਾਂ ਲੈ ਕੇ ਪੰਜਾਬ ਦੀ ਰਾਜਨੀਤੀ ਕਾਫੀ ਗਰਮਾ ਗਈ ਹੈ ਚੋਣਾਂ ਦੇ ਮੱਦੇਨਜ਼ਰ ਹੀ ਹਲਕਾ ਅਟਾਰੀ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਚੋਣ ਰੈਲੀ ਕੀਤੀ ਜਾ ਰਹੀ ਸੀ ਇਸ ਦੌਰਾਨ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਭਗਵੰਤ ਮਾਨ ਤੇ ਹਮਲਾ ਹੋ ਗਿਆ ਮੇਰੀ ਜਾਣਕਾਰੀ ਅਨੁਸਾਰ ਅਟਾਰੀ ਹਲਕੇ ਵਿਖੇ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਰੋਡਸ਼ੋ ਕਾਰਸਨ ਇਹ ਦੋਣ ਕਿਸੇ ਸਾਕਸ਼ੀ ਉਹਦੇ ਮੂੰਹ ਤੇ ਵਗਾ ਕੇ ਪੱਥਰ ਮਾਰ ਦਿੱਤਾ ਪੱਥਰ ਵੱਜਤ ਪਰ ਭਗਵਾਨ ਤੁਮਨ ਕੋ ਸਮਝ ਲਈ ਆਪਣੀ ਗੱਡੀ ਦੇ ਅੰਦਰ ਬੈਠ ਗਏ ਅਤੇ ਫਿਰ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਖੁਸ਼ਖਬਰੀ ਸੋਨਾ ਹੋਇਆ ਸਸਤਾ ਅੱਜ 7500 ਰੁਪਏ ਡਿੱਗਿਆ ਹੈਟਾ ਜਦੋਂ 10 ਗ੍ਰਾਮ ਸੋਨੇ ਦਾ ਰੇਟ ਹੈ ਦੋਸਤੋ ਅੱਜ ਸੋਨੇ ਦੀ ਕੀਮਤ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਜੇ ਦੱਸ ਦੇ ਕਿ ਪਿਛਲੇ 4 ਦਿਨਾਂ ਤੋਂ ਸੋਨੇ ਦੀ ਕੀਮਤ ਵਿੱਚ ਤੇਜੀ ਦੇਖਣ ਮਿਲੀ ਹੈ ਮਲਟੀ ਕਾਮੋਡਿਟੀ ਐਕਸਚੇਂਜ ਤੇ ਸੋਨਾ 0.95 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ ਇਸ ਦੇ ਨਾਲ ਹੀ ਚਾਂਦੀਆਂ ਕੀਮਤਾਂ ਵਿੱਚ ਵੀ ਭਾਰੀ ਗਿਰਾਵਟ ਦੱਜ ਕੀਤੀ ਗਈ ਹੈ ਅਪ੍ਰੈਲ ਡਿਲੀਵਰੀ ਲਈ ਸੋਨੇ ਦੀ ਕੀਮਤ ਅੱਜ 4.95 ਫੀਸਦੀ ਦੀ ਗਿਰਾਵਟ ਨਾਲ 48715 ਰੁਪਏ 10 ਗ੍ਰਾਮ ਤੇ ਇਸ ਦੇ ਨਾਲ ਹੀ ਅੱਜ ਦੇ ਕਾਰੋਬਾਰ 'ਚ ਚਾਂਦੀ 1.10 ਫੀਸਦੀ ਦੀ ਗਿਰਾਵਟ ਨਾਲ ਭਾਟ 82568 ਰੁਪਏ ਪ੍ਰਤੀ ਕਿਲੋਗ੍ਰam ਦੇ ਪਦਰ ਤੇ ਕਾਰੋਬਾਰ ਕਰ ਰਿਹਾ ਹੈ ਸੋਨਾ 7500 ਰੁਪਏ ਸਸਤਾ ਕਿਸ ਤਰ੍ਹਾਂ ਹੋਇਆ ਇਸ ਬਾਰੇ ਤੁਹਾਨੂੰ ਦੱਸ ਦਿੰਨੇ ਆ ਕਿ ਅਗਸਤ 2020 ਵਿੱਚ MCX ਤੇ 10 ਗ੍ਰਾਮ ਸੋਨੇ ਦੀ ਕੀਮਤ 56200 ਰੁਪਏ ਦੇ ਉੱਚ ਪੱਧਰ ਤੇ ਪਹੁੰਚ ਗਈ ਸੀ ਤੇ ਅੱਜ April futures MCX ਤੇ ਸੋਨਾ 44715 ਰੁਪਏ 10 ਗ੍ਰਾਮ ਦੇ ਪਦਰ ਤੇ ਯਾਨੀ ਅੱਜ ਇਹ ਵੀ ਕਰੀਬ 7500 ਰੁਪਏ ਸਸਤਾ ਮਿਲ ਰਿਹਾ 2020 ਦੇ ਸੋਨੇ ਦੀ ਖਰੀਦ ਦੇ ਮੁਕਾਬਲੇ ਦਵਿੰਦਰ ਪੁੱਲਰਸਣ ਨੇ 12 ਸਿੱਖ ਕੈਦੀਆਂ ਦੀ ਰਿਹਾਈ ਦਾ ਵੱਡਾ ਦਾਅ ਖੇੜ ਸਕਦੀ ਹੈ ਭਾਏ ਭਾ ਦੋਸਤੋ ਪੰਜਾਬ ਚੋਂ ਤਾਂ ਠੀਕ ਪਹਿਲਾਂ ਭਾਏ ਭਾ ਸਜਾ ਪੂਰੀ ਘਰ ਚੱਕੇ ਦਵਿੰਦਰ ਪੁੱਲਰਸਣ ਨੇ 12 ਸਿੱਖ ਕੈਦੀਆਂ ਦੀ ਰਿਹਾਈ ਤੇ ਵੱਡਾ ਦਾਅ ਖੇੜ ਸਕਦੀ ਹੈ 14 ਫਰਵਰੀ ਜਲੰਧਰ ਵਿੱਚ ਚੋਣ ਰੈਲੀ ਵਿੱਚ ਸ਼ਾਮਲ ਹੋਣ ਆ ਰਹੇ ਪ੍ਰਧਾਨ ਮੰਤਰੀ ਮੋਦੀ ਇਸ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਨੇ ਇਸ ਵੱਡੇ ਫੈਸਲੇ ਦੀ ਸੰਭਾਵਨਾ ਐਸ ਲਈ ਵੀ ਬਣ ਗਈ ਹੈ ਕਿਉਂਕਿ ਪੰਜਾਬ ਪਾਪਾ ਵੱਲੋਂ ਇਸ ਮਾਮਲੇ ਦੀ ਮਨਜ਼ੂਰੀ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਵੀ ਭੇਜਿਆ ਗਿਆ ਹੈ ਪਾਰਟੀ ਨੇਤਾਵਾਂ ਦੇ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ ਸਿੱਖ ਸੰਗਠਨਾਂ ਦੀ ਮੰਗ ਨੂੰ ਦੇਖਦੇ ਹੋਏ ਮਨਜ਼ੂਰੀ ਦੇ ਸਕਦਾ ਹੈ ਹਾਲ ਹੀ ਵਿੱਚ ਸਿੱਖ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਪ੍ਰਤੀਨਿਧੀ ਮੰਡਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਵਿੱਚ ਪਾਪਾ ਦੇ ਚੋਣ ਇੰਚਾਰਜ ਗਜਿੰਦਰ ਸਿੰਘ ਸ਼ਿਕਾਵਤ ਨਾਲ ਮੁਲਾਕਾਤ ਕੀਤੀ ਸੀ ਸਿੱਖ ਸੰਗਠਨ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਭੁੱਲਾਸਣੇ 12 ਸਿੱਖ ਕੈਦੀ ਅਜੇ ਹੀ ਨੇ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਲੇਕਿਨ ਉਹਨਾਂ ਨੂੰ ਰਿਹਾਰ ਨਹੀਂ ਕੀਤਾ ਜਾ ਰਿਹਾ ਹੈ ਕੇਂਦਰੀ ਮੰਤਰੀ ਨੇ ਸੰਗਠਨ ਨੂੰ ਪ੍ਰੋਸਤ ਦਿੱਤਾ ਕਿ ਉਹਨਾਂ ਦੀ ਮੰਗ ਨੂੰ ਲੈ ਕੇ ਕੇਂਦਰੀ ਮੰਤਰਾਲੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰਨਗੇ ਉਹਨਾਂ ਨੇ ਪ੍ਰੋਸਤ ਦਿੱਤਾ ਕਿ ਉਹ ਉਹਨਾਂ ਦੀ ਮੰਗ ਨੂੰ ਜਲਦ ਤੋਂ ਜਲਦ ਪੂਰਾ ਕਰਨਗੇ ਗੁਰੂ ਨਿਊਜ਼ ਇਸ ਦਿਨ ਕਿਸਾਨਾਂ ਦੇ ਖਾਤੇ ਵਿੱਚ ਆਉਣਗੇ 2000 ਰੁਪਏ ਤੁਰੰਤ ਅਪਡੇਟ ਕਰੋ ਇਹ ਜਾਣਕਾਰੀ ਦੋਸਤੋ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਪ੍ਰਧਾਨ ਮੰਤਰੀ ਕਿਸਾਨਾਂ ਦੀ 11ਵੀਂ ਕਿਸ਼ਤ ਜਲਦੀ ਹੀ ਜਾਰੀ ਹੋਣ ਜਾ ਰਹੀ ਹੈ ਸਰਕਾਰ ਨੇ ਇਹ ਸਕੀਮ ਛੋਟੇ ਕਿਸਾਨਾਂ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤੀ ਹੈ ਇਸ ਸਕੀਮ ਤਹਿਤ ਕਿਸਾਨਾਂ ਨੂੰ ਇੱਕ ਸਾਲ ਵਿੱਚ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਹਰ 4 ਮਹੀਨੇ ਬਾਅਦ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਟਰਾਂਸਫਰ ਕੀਤੇ ਜਾਂਦੇ ਹਨ ਤਾਂ ਤੱਕ 10 ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਭੇਜੇ ਜਾ ਚੁੱਕੇ ਨਹੀਂ ਦੋਸਤੋ ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਤਾਂ ਤੁਹਾਨੂੰ ਰਜਿਸਟਰ ਕਰਨਾ ਹੋਵੇਗਾ ਇਸਦੇ ਨਾਲ ਹੀ ਇਹ ਵੀ ਸ਼ਰਤ ਹੈ ਕਿ ਤੁਹਾਡਾ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਰਜਿਸਟ੍ਰੇਸ਼ਨ ਲਈ ਕਿਸਨ ਨੂੰ ਆਪਣੇ ਰਾਸ਼ਨ ਕਾਰਡ ਦੇ ਵੇਰਵੇ ਅਪਲੋਡ ਕਰਨੇ ਪੈਣਗੇ ਤੇ ਹੋਰ ਦਸਤਾਵੇਜ਼ ਦੀਆਂ ਸੌਫਟ ਕਾਪੀਆਂ ਜਮ੍ਹਾਂ ਕਰਵਾਉਣੀਆਂ ਪੈਣਗੀਆਂ ਨਵੇਂ ਲੇਬਰ ਕੋਡ ਦੇ ਬਦਲਾਅ ਦੀ ਤਿਆਰੀ ਚ ਹੈ ਮੋਦੀ ਸਰਕਾਰ ਕੀ ਹੁਣ ਘਟੇਗੀ ਕਰਮਚਾਰੀਆਂ ਦੀ ਤਨਖਾਹ ਦੋਸਤੋ ਮੋਦੀ ਸਰਕਾਰ ਨਵੇਂ ਲੇਬਰ ਕੋਡ ਵਿੱਚ ਬਦਲਾਅ ਦੀ ਤਿਆਰੀ ਕਰ ਰਹੀ ਹੈ ਜਿਸ ਦੇ ਲਾਗੂ ਹੁੰਦੇ ਹੀ ਤਨਖਾਹਾਂ ਵਿੱਚ ਪੱਤੇ ਦੀ ਹਿੱਸੇਦਾਰੀ ਕਰ ਜਾਵੇਗੀ ਇਸ ਤਹਿਤ ਪਹਿਲੇ ਸਾਲ ਦੇ ਪਤਰੀ ਦੀ ਤਨਖਾਹ ਸੀਮਾ 75 ਤੋਂ 80% ਦੀ ਹੋਵੇਗੀ ਜਿਸ ਨੂੰ 3 ਸਾਲਾਂ ਵਿੱਚ ਘਟਾ ਕੇ 50% ਕੀਤਾ ਜਾ ਸਕਦਾ ਹੈ ਜਿਕਰ ਜੋਗੇ ਕਿ ਪ੍ਰਸਤਾਵਿਤ ਕੀਤੇ ਗਏ ਨਵੇਂ ਲੇਬਰ ਕੋਡ ਵਿੱਚ ਨੌਕਰੀਆਂ ਦੀ ਛਾਂਟੀਆਂ ਕਾਰੋਬਾਰ ਬੰਦ ਕਰ ਲੈ 300 ਕਰਮਚਾਰੀ ਸੀਮਾ ਨਿਰਧਾਰਤ ਕੀਤੀ ਗਈ ਹੈ ਮਜ਼ਦੂਰ ਯੂਨੀਅਨ ਦੇ ਵਿਰੋਧ ਤੋਂ ਬਾਅਦ ਇਸ ਨੂੰ 100 ਕਰਨ ਦਾ ਵਿਚਾਰ ਚੱਲ ਰਿਹਾ ਹੈ ਤੇ ਅਧਿਜੋਗਿਕ ਸੰਬੰਧ ਕੋਡ ਦੇ ਤਹਿਤ 100 ਕਰਮ 100 ਤੱਕ ਕਰਮਚਾਰੀਆਂ ਵਾਲੀਆਂ ਕੰਪਨੀ ਨੂੰ ਕਰਮਚਾਰੀਆਂ ਦੀ ਛਾਂਟੀ ਕਰਨ ਜਾਂ ਕਾਰੋਬਾਰ ਬੰਦ ਕਰਨ ਲਈ ਸਰਕਾਰੀ ਮਨਜ਼ੂਰੀ ਦੀ ਲੋੜ ਹੋਵੇਗੀ ਵਾਪਸ ਲਏਗੇ ਤਿੰਨੋਂ ਖੇਤੀ ਕਾਨੂੰਨ ਮੋੜ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ ਤੋਮਰ ਹੈ ਦੋਸਤੋ ਸਰਕਾਰ ਨੇ ਸ਼ੁਕਰਵਾਰ ਨੂੰ ਰਾਜ ਸਭਾ ਵਿੱਚ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਵਾਪਸ ਲਏਗੇ ਤਿੰਨੋਂ ਖੇਤੀ ਕਾਨੂੰਨ ਮੋੜ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ ਖੇਤੀਬਾੜੀ ਅਤੇ ਕਿਸਾਨ ਕल्याण ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਵਾਪਸ ਲਏਗੇ ਤਿੰਨੋਂ ਖੇਤੀ ਕਾਨੂੰਨ ਪਵਿੱਖ ਵਿੱਚ ਮੋੜ ਲਿਆਉਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ ਰਾਜ ਸਭਾ ਚ ਵਿਰੋਧੀ ਧਿਰ ਦੇ ਨੇਤਾ ਮਲਿਕਾ ਰਜ਼ੂਨ ਖੜਗੇ ਨੇ ਸਵਾਲ ਕੀਤਾ ਸੀ ਕਿ ਵਾਪਸ ਲਏਗੇ ਤੇ ਖੇਤੀ ਕਾਨੂੰਨ ਪਵਿੱਖ ਵਿੱਚ ਮੋੜ ਲਿਆਉਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ ਖੜਗੇ ਨੇ ਇਹ ਵੀ ਸਵਾਲ ਕੀਤਾ ਕਿ ਸਰਕਾਰ ਤਿੰਨੋਂ ਖੇਤੀ ਕਾਨੂੰਨ ਵਿਰੋਧਾ ਪਰਦਾਸ਼ਣ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਪ੍ਰਦਾਨ ਕਰੇਗੀ ਇਸ ਦੇ ਜਵਾਬ ਤੇ ਤੁਮਨੇ ਕਿਹਾ ਕਿ ਕਿਸਾਨ ਅੰਦੋਲਨ ਮਾਰੇ ਗਏ ਕਿ ਕਿਸਾਨਾਂ ਨੇ ਪਰਵਾਰ ਨੂੰ ਮੁਆਵਜ਼ਾ ਆਦਤ ਦਾ ਵਿਸ਼ਾ ਸੰਬੰਧਿਤ ਸੂਬਾ ਸਰਕਾਰਾਂ ਕੋਲ ਹੈ ਇਸ ਲਈ ਕੇਂਦਰ ਸਰਕਾਰ ਕੋਲ ਕੋਈ ਇਸ ਦਾ ਵਿਚਾਰ ਨਹੀਂ ਹੈ ਸਿਖਿਆ ਭਾਗ ਅਕੀ ਛੇਤੀ ਲੈ ਸਕਦਾ ਹੈ ਪਹਿਲੇ ਤੋਂ ਪੰਜਵੇਂ ਜਮਾਤ ਤੱਕ ਸਕੂਲ ਖੋਲਣ ਦਾ ਫੈਸਲਾ ਦੋਸਤੋ ਪੰਜਾਬ ਵਿੱਚ ਲਗਾਤਾਰ ਘਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਬਹੁਤ ਜਲਦੀ ਪਹਿਲੀ ਤੋਂ 5ਵੀਂ ਜਮਾਤ ਤੱਕ ਸਕੂਲ ਖੋਲ੍ਹ ਸਕਦਾ ਹੈ ਜੇਕਰ ਅਜਿਹਾ ਹੋਇਆ ਤਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਦੇਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ ਜਾਣਕਾਰੀ ਅਨੁਸਾਰ ਜੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਘਟਦੇ ਪ੍ਰਭਾਵ ਦੇ ਮੱਦੇਨਜ਼ਰ ਪਹਿਲੀ ਤੋਂ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਹੁਣ ਸਿੱਖਿਆ ਭਾਗ ਨੇ ਵੀ ਪੰਜਾਬ ਵਿੱਚ ਸਕੂਲ ਖੋਲਣ ਦਾ ਫੈਸਲਾ ਕੀਤਾ ਹੈ ਸੂਤਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਿਛਲੇ ਹਫ਼ਤੇ ਸਕੂਲ ਖੁੱਲ੍ਹ ਗਏ ਸਨ 15 ਤੋਂ 18 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੂੰ ਟੀਕੇ ਦੀ ਖੁਰਾਕ ਦਿੱਤੀ ਜਾ ਰਹੀ ਹੈ ਵਿਭਾਗ ਮੌਤਕੋਰਨ ਦੇ ਮਾਮਲੇ ਤੇ ਨਜ਼ਰ ਰੱਖ ਰਿਹਾ ਹੈ ਜਦੋਂ ਮਾਮਲੇ ਘਟ ਹੋਣਗੇ ਤਾਂ ਵਿਭਾਗ ਸਕੂਲ ਖੋਲਣ ਦੀ ਇਜਾਜ਼ਤ ਦੇਵੇਗਾ ਦੂਜੇ ਪਾਸੇ ਅਧਿਆਪਕ ਤੇ ਕਿਸਾਨ ਅਤੇ ਵਧੀਆਂ ਲਗਾਤਾਰ ਸਕੂਲ ਖੋਲਣ ਦੀ ਮੰਗ ਕਰ ਰਹੀਆਂ ਨੇ ਇਸ ਦਰਾਂ ਜੇ ਜਿਲ੍ਹਾ ਅਮਰਸਾ ਦੀ ਗੱਲ ਕਰੀਏ ਤਾਂ ਇੱਥੇ 1500 ਦੇ ਕਰੀਬ ਸਰਕਾਰੀ ਤੇ ਪ੍ਰਾਈਵੇਟ ਸਕੂਲ ਹਨ ਹੋ ਇਹ ਉੱਥੇ ਹੁਣ ਤੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਵਿਦਿਆਰਥੀਆਂ ਦੇ ਬੈਠਣ ਵਾਲੀਆਂ ਥਾਵਾਂ ਤੇ ਸੈਨੀਟਾਈਜੇਸ਼ਨ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਕੂਲ ਆਉਣ ਵਾਲੇ ਵਿਦਿਆਰਥੀਆਂ ਦਾ ਬੁਖਾਰ ਚੈੱਕ ਕੀਤਾ ਜਾਊਗਾ ਤੇ ਐਂਟਰੀ ਸਮੇਂ ਮਾਸਕ ਲਗਾਉਣਾ ਬਹੁਤ ਜ਼ਰੂਰੀ ਹੋਵੇਗਾ ब्रेकिंग न्यूज़ मुख्यमंत्री चरजीत चन्नी ਦੇ ਭਾਂਜ ਹਣੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਚਰਜਿਤ ਸਿੰਘ ਚੰਨੀ ਦੇ ਭਾਂਜ ਭਪਿੰਦਰ ਸਿੰਘ ਹਣੀ ਨੂੰ ਰੇਤ ਦੀ ਨਜਾਇਜ਼ ਮਾਈਨਿੰਗ ਮਾਮਲੇ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ 3 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਕੱਲ ਹਣੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭਪਿੰਦਰ ਸਿੰਘ ਹਣੀ ਨੂੰ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉੱਥੇ ਭਪਿੰਦਰ ਹਣੀ ਨੂੰ ਮਨਿੰਦਰ ਸਿੰਘ ਮਨਿੰਦਰ ਸਿੰਘ ਵੱਡੀ ਇੱਕ ਜਿਲ੍ਹਾ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਵਿੱਚ ਈਡੀ ਵੱਲੋਂ ਕਿਹਾ ਗਿਆ ਕਿ ਭਪਿੰਦਰ ਸਿੰਘ ਹਣੀ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਜਿਸ ਕਰਕੇ ਉਸ ਦਾ 14 ਦਿਨ ਦਾ ਰਿਮਾਂਡ ਦਿੱਤਾ ਜਾਵੇ ਉੱਥੇ ਭਪਿੰਦਰ ਸਿੰਘ ਹਣੀ ਦੇ ਵਕੀਲ ਦਾ ਕਹਿਣਾ ਹੈ ਕਿ ਉਹਨਾਂ ਨੇ ਅਦਾਲਤ ਵਿੱਚ ਦੱਸਿਆ ਕਿ ਉਹ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਲਈ ਤਿਆਰ ਹਨ ਇਸ ਤੋਂ ਬਾਅਦ ਅਦਾਲਤ ਨੇ ਈਡੀ ਨੂੰ 8 ਫਰਵਰੀ ਤੱਕ ਰਿਮਾਂਡ ਦੇ ਦਿੱਤਾ ਤੇ ਹੁਣ ਭਪੇ ਦਸੰਗਹਾਨੀ ਨੂੰ 8 ਫਰਵਰੀ ਨੂੰ ਮੌੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਾਨੂੰ 2018 ਦੇ ਆਧਾਰ ਤੇ ਸਾਨੂੰ ਗ੍ਰਿਫਤਾਰ ਕੀਤਾ ਪਰ ਨਾ ਤਾਂ ਸਾਡਾ ਐਫ ਆਈ ਆਰ ਵਿੱਚ ਨਾਮ ਹੈ ਤੇ ਨਾ ਹੀ ਸਾਡਾ ਇਸ ਨਾਲ ਕੋਈ ਸਬੰਧਤ ਈਡੀ ਦਾ ਕਹਿਣਾ ਸੀ ਕਿ 2018 ਦੀ ਐਫ ਆਈ ਆਰ ਦੇ ਆਧਾਰ ਤੇ ਉਹਨਾਂ ਨੇ ਪੈਸੇ ਬਰਾਮਦ ਕਰ ਲਏ ਹਨ ਪਰ 2018 ਦੀ ਐਫ ਆਈ ਆਰ ਵਿੱਚ ਸਾਡੇ ਕਿਸੇ ਵੀ ਬੰਦੇ ਦਾ ਨਾਮ ਨਹੀਂ ਸੀ। ਕਰੋਨਾ ਦੇ ਨਵੇਂ ਮਾਮਲਿਆਂ ਚ 13.4 ਫੀਸਦੀ ਦੀ ਕਮੀ ਪਿਛਲੇ 24 ਘੰਟਿਆਂ ਚ 58,077 ਨਵੇਂ ਮਾਮਲੇ ਦੋਸਤੋ ਦੇਸ਼ ਵਿੱਚ ਜਾਨਲੇਵਾ ਕਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਹੁਣ ਘਟ ਰਹੇ ਹਨ ਦੇਸ਼ ਵਿੱਚ ਪਿਛਲੇ 24 ਘੰਟਿਆਂ ਚ ਕਰੋਨਾ ਵਾਇਰਸ ਦੇ 58,077 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 657 ਲੋਕਾਂ ਦੀ ਮੌਤ ਹੋ ਗਈ ਹੈ ਕੱਲ ਦੇ ਮੁਕਾਬਲੇ ਅੱਜ 13.4 ਫੀਸਦੀ ਘੱਟ ਮਾਮਲੇ ਦਰਜ ਕੀਤੇ ਗਏ ਨੇ ਦੇਸ਼ ਦੀ ਤਾਜ਼ਾ ਰਿਪੋਰਟ ਕਿਹੜੀ ਹੈਗੀ ਜੋ ਇਸ ਬਾਰੇ ਤੁਹਾਨੂੰ ਦੱਸ ਦਿੰਦੇ ਆ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 697802 ਰਹਿ ਗਈ ਹੈ ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ 507171 ਹੋ ਗਈ ਹੈ ਤੇ ਅੰਕੜਿਆਂ ਮੁਤਾਬਕ ਹੁਣ ਤੱਕ 4 ਕਰੋੜ 1333158 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਨੇ ਹੁਣ ਸਿੱਧੂ ਮੂਸੇਵਾਲਾ ਕਰਨਗੇ ਵੇਰਕਾ ਚ ਨਵਜੋਤ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਦੋਸਤੋ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਦੇ ਪੂਰਬੀ ਹਲਕੇ ਚ ਪਾਰਟੀ ਦੀ ਤਾਕਤ ਝੋਕਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਹੁਣ ਪੰਜਾਬੀ ਗਾਇਕਾ ਸਿੱਧੂ ਮੂਸੇਵਾਲਾ ਵੇਰਕਾ 'ਚ ਨਵਜੋਤ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਸਿੱਧੂ ਮੂਸੇਵਾਲਾ ਸੋਮਵਾਰ ਸ਼ਾਮ ਨੂੰ ਵੇਰਕਾ ਵਿੱਚ ਰੈਲੀ ਕਰਨਗੇ ਹਾਲਾਂਕਿ ਸਿੱਧੂ ਮੂਸੇਵਾਲਾ ਮਾਨਸਾ ਸੀਟ ਤੋਂ ਖੁਦ ਵੀ ਚੋਣ ਲੜ ਰਹੇ ਨੇ ਸਿੱਧੂ ਦੇ ਕਰੀਬੀ ਕੋਸਲਰ ਹਰਪਾਲ ਸਿੰਘ ਵੇਰਕਾ ਨੇ ਦੱਸਿਆ ਕਿ ਚੋਟੀ ਦੇ ਗਾਇਕ ਤੇ ਕਾਂਗਰਸ ਦੇ ਮਾਨਸਾ ਤੋਂ ਉਮੀਦਵਾਰ ਸਿੱਧੂ ਮੂਸੇਵਾਲਾ ਸੋਮਵਾਰ ਨੂੰ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਦੇ ਹੱਕ ਵਿੱਚ ਵੇਰਕਾ 'ਚ ਰੈਲੀ ਕਰਨ ਆ ਰਹੇ ਹਨ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਵੀ ਆਪਣੇ ਪਿਤਾ ਦੀ ਚੋਣ ਮੁਹਿੰਮ ਲਈ ਸਰਗਰਮ ਦੂਵਾਂਗਾ ਉਹ ਵੀ ਅਮਰਸਰ ਪੂਰਬੀ ਸੀੜ ਤੇ ਵਿਕਰਮ ਸਿੰਘ ਮਨਜੀਠੀਆ ਤੇ ਪੂਰੀ ਤਰ੍ਹਾਂ ਹਮਲਾਵਾਰ ਹਨ ਤੇ ਇਸ ਸੀੜ ਤੇ ਅਕਲ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਨਜੀਠੀਆ ਤੇ ਨਵਜੋਤ ਸਿੰਘ ਸਿੱਧੂ ਆਮੋ ਸਾਹਮਣੇ ਹੋ ਗਏ ਨੇ ਸੁਖਬੀਰ ਬੱਦਲ ਦਾ ਵੱਡਾ ਐਲਾਨ ਸਰਕਾਰੋਂ ਤੇ ਫਸਲਾਂ ਦਾ ਪ੍ਰਤੀ ਏਕੜ 50000 ਦਾ ਹੋਵੇਗਾ ਬੀਮਾ ਦੋਸਤੋ ਸ਼੍ਰੋਮਣੀ ਅਕਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ ਗੁਰੂ ਹਰ ਸਾਹਿਬ ਵਿਖੇ ਆਪਣੇ ਉਮੀਦਵਾਰ ਨੋਨੀ ਮਾਨ ਦੇ ਹੱਕ ਵਿੱਚ ਰੈਲੀ ਕੀਤੀ ਗਈ ਇਸ ਦੌਰਾਨ ਜਿੱਥੇ ਤੋ ਕਿ ਬੀਰ ਸਿੰਘ ਬਾਦਲ ਨੇ ਕਾਂਸਤੇ ਸ਼ਬਦੀ ਹਮਲੇ ਕੀਤੇ ਉੱਥੇ ਹੀ ਅਰਵਿੰਦ ਕੇਧਰੀਵਾਲ ਤੇ ਵੀ ਤਾਂ ਜਕਸੀ ਆਪਣੇ ਸੰਬੋਧਨ ਦੌਰਾਨ ਸਕਬੀਰ ਬਾਦਲ ਨੇ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਅਕਾਲੀ ਬਸਪਤੀ ਸਰਕਾਰ ਆਉਣ ਤੇ ਪਹਿਲੇ ਮਹੀਨੇ ਚ 희ਦ ਗੁਰੂ ਹਰ ਸਾਹਿਬ ਵਿਖੇ ਕੁੜੀਆਂ ਦਾ ਕਾਲਜ ਖੋਲ੍ਹਣ ਦੀ ਮੰਗ ਪੂਰੀ ਕੀਤੀ ਜਾਵੇਗੀ ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਦਲ ਸਾਹਿਬ ਜੇਕਰ ਕਿਸੇ ਦੀ ਫਸਲ ਖਰਾਬ ਹੁੰਦੀ ਸੀ ਤਾਂ ਬਦਲ ਬਾਦਲ ਸਾਹਿਬ ਉਸ ਦਾ ਮੁਆਵਜ਼ਾ ਦੇਣ ਤੋਂ ਪਰ ਕਾਂਗਰਸ ਸਰਕਾਰ ਨੇ ਪਿਛਲੇ 5 ਸਾਲਾਂਾਂ ਚ ਕੋਈ ਮੁਆਵਜ਼ਾ ਨਹੀਂ ਦਿੱਤਾ ਉਹਨਾਂ ਕਿਹਾ ਕਿ ਹੁਣ ਸਰਕਾਰ ਆਉਣ ਤੇ ਪੰਜਾਬ ਵਿੱਚ ਫਸਲ ਬੀਮਾ ਸਕੀਮ ਲਿਆਂਦੀ ਜਾਵੇਗੀ ਤੇ ਹਰ ਫਸਲ ਦਾ ਬੀਮਾ ਕੀਤਾ ਜਾਵੇਗਾ ਜੇਕਰ ਕਿਸੇ ਦੀ ਫਸਲ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਫਸਲ ਦਾ 50 ਹਜ਼ਾਰ ਤੱਕ ਦਾ ਬੀਮਾ ਕੀਤਾ ਜਾਵੇਗਾ ਤੇ ਇਸ ਦੇ ਇਲਾਵਾ ਉਹਨਾਂ ਬਾਰਡਰਾਂ ਦੇ ਇਲਾਕੇ ਤੇ ਵਿਸ਼ੇਸ਼ ਇੰਡਸਟਰੀ ਖੋਦਨ ਦਾ ਵੀ ਐਲਾਨ ਕੀਤਾ ਹੈ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾਤਰੀਨ ਵੱਡੀਆਂ ਖਬਰਾਂ ਦੋਸਤੋ ਸਾਰੇ ਦੁਆਰ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਹਾਜ਼ਰ ਹੋਵਾਂਗੇ ਅਗਲੇ ਦਿਨ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇਨਾਈ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜਦ ਹੈ ਹਰ ਪਰੇਸ਼ਾਨੀ ਦਾ ਹੱਲ ਕਿਉਂ ਹੋ ਪਰੇਸ਼ਾਨ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਬਾਬਾ ਫਤੇਹ ਖਾਨ ਸੰਪਰਕ ਕਰੋ 90416 24372 ਲਵ ਮੈਰਿਜ ਪਿਆਰ ਚ ਧੋਖਾ ਪ੍ਰੇਮੀ ਪ੍ਰੇਮਿਕਾ ਚ ਝਗੜਾ ਸੋਤਨ ਦੁਸ਼ਮਣ ਦਾ ਖਾਤਮਾ ਵਿਦੇਸ਼ ਯਾਤਰਾ ਕਰਜ਼ਾ ਮੁਕਤੀ ਔਲਾਦ ਸੁੱਖ ਬਿਮਾਰੀ ਚ ਦਵਾ ਨਾ ਲੱਗਣਾ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋਮੈਕਸ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ